सर साढ़े कोल तां कैदियां वाली यूनिफॉर्म भी नहीं है। तुहाडे कोल है नहीं, मेरी रहनी नहीं, ओ रब दा वास्ता जिवें मर्जी आओ भावें कछियां जाओ। ये किहो जिहियां गल्लां करते हो जेलर साहब? ओ यार तू तां ऐ रिएक्ट कर रहा जिवें मैं बगैर कछियां तों आउण नूं कहता होवे। वैसे भी तां जेल च 8-10 काले कछियां वाले कैदी तुरे फिरदे आ, विच तों होर कुछ जाण के कोई फर्क पैंदा? ठीक है सर, पहुंचदा मैं। की मैं लाईआ तरसेम नूं नाल लैके आउणा। ਉਹਨੂੰ ਤੁਸੀਂ ਆਪੇ ਫੋਨ ਕਰ ਲਓ ਸਰ। ਉਹ ਯਾਰ ਮੈਂ ਇੱਥੇ ਮੁੰਡੇ ਦਾ ਵਿਆਹ ਧਰਿਆ, ਜਿਹੜਾ ਇਕੱਲੇ ਇਕੱਲੇ ਨੂੰ ਫੋਨ ਤੇ ਸੱਦਾ ਦਿੰਦਾ ਫਿਰ, ਤੂੰ ਉਹਨੂੰ ਨਾਲ ਹੀ ਲੈ ਕੇ ਆਉਣਾ। ਸਰ ਉਹ ਮੇਰੇ ਨਾਲ ਨਹੀਂ ਹੈ, ਮੈਂ ਉਹਨੂੰ ਉਹਦੇ ਪਿੰਡ ਛੱਡ ਆਇਆ ਸੀ। ਹੁਣ ਤੱਕ ਤਾਂ ਉਹ ਆਪਣੇ ਜਵਾਕ ਨੂੰ ਲੈ ਕੇ ਪਤਾ ਨਹੀਂ ਕਿੱਥੇ ਨਿਕਲ ਗਿਆ ਹੋਊਗਾ। ਹਾਏ ਉਹ ਮੇਰੇ ਰੱਬਾ, ਸਾਲੇ ਜਵਾਕਾਂ ਨੂੰ ਲੈ ਕੇ ਹੌਲੀਡੇ ਮਨਾਉਂਦੇ ਫਿਰਦੇ ਆ, ਇੱਧਰ ਮੇਰੀ ਪਰਮਾਨੈਂਟ ਹੌਲੀਡੇ ਹੋ ਜਾਣੀ ਆ। ਸਰ ਜੇ ਉਹ ਨਾ ਮਿਲਿਆ ਤਾਂ ਘੱਟੋ ਘੱਟ ਮੈਨੂੰ ਬਾਇੱਜ਼ਤ ਰਿਹਾਅ ਹੋ ਲੈਣ ਦਿਓ, ਮੈਨੂੰ ਨਾ ਰੋਕਿਓ ਜੀ। ਸ਼ਾਬਾਸ਼ੇ ਕਾਕਾ ਜੀ, ਵਰਦੀ ਤੇ ਦਾਗ ਇੱਕ ਬੰਦੇ ਦੇ ਭੱਜਣ ਦਾ ਵੀ ਓਨਾ ਹੀ ਲੱਗਣਾ ਜਿੰਨਾ ਦੋ ਬੰਦਿਆਂ ਦੇ ਭੱਜਣ ਦਾ ਲੱਗਣਾ ਸੀ। ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲਾ, ਜੇ ਮੈਂ ਫਸਿਆ ਨਾ ਪੁੱਤ ਬਾਇਜ਼ਤ ਬਾਹਰ ਮੈਂ ਤੈਨੂੰ ਵੀ ਨਹੀਂ ਆਉਣ ਦਿੰਦਾ। ਜੇ ਜੇਲ੍ਹ 'ਚ ਦੁਬਾਰਾ ਆਉਣਾ ਤਾਂ ਪਰਾਂਦਾ ਸੱਗੀ ਦੇ ਨਾਲ ਹੀ ਆਊਗਾ। ਜੈ ਹਿੰਦ ਸਰ। ਜੈ ਹਿੰਦ ਸਰ, ਮੈਂ ਸਾਰੇ ਕੈਦੀਆਂ ਨੂੰ ਤਾੜੀਆਂ ਵਜਾਉਣ ਵਾਸਤੇ ਕਿਹਾ ਤੁਹਾਡੇ ਸਨਮਾਨ 'ਚ। ਓਏ ਤਾੜੀਆਂ ਹੁਣ ਸਨਮਾਨ 'ਚ ਨਹੀਂ ਵੱਜਣੀਆਂ, ਹੁਣ ਅਪਮਾਨ 'ਚ ਵੱਜਣਗੀਆਂ। ਸਰ ਤਾੜੀਆਂ ਵੱਜਣੀਆਂ ਚਾਹੀਦੀਆਂ, ਚਾਹੇ ਸਨਮਾਨ 'ਚ ਵੱਜਣ ਚਾਹੇ ਅਪਮਾਨ ਨਾਲ ਕੀ ਮਤਲਬ? ਰੱਬ ਦਾ ਵਾਸਤਾ ਜ਼ੁਬਾਨ ਜਨਾਬ, ਜਰਨੈਲ ਤੇ ਤਰਸੇਮ ਲੱਗਦਾ ਜੇਲ੍ਹ 'ਚੋਂ ਤਿੱਤਰ ਹੋ ਗਏ। ਓਏ ਲੱਗਦਾ ਨਹੀਂ, ਇਹ ਪੱਕੀ ਖ਼ਬਰ ਆ, ਉਹ ਸੱਚੀ ਰਫੂ ਚੱਕਰ ਹੋ ਗਏ। ਨਹੀਂ ਸਰ, ਕੈਦੀ ਨਹੀਂ ਭੱਜ ਸਕਦੇ, ਇੰਨੀ ਤਾਂ ਕਰੜੀ ਨਿਗਰਾਨੀ ਹੈ। ਉਹ ਟੱਟੂ ਦੀ ਕਰੜੀ ਨਿਗਰਾਨੀ ਹੈ? ਗੁਆਂਢ 'ਚ ਕੰਢ ਤੇ ਜੇ ਕੋਈ ਕੈਲੰਡਰ ਟੰਗਲ ਲਈ ਮੇਖ ਵੀ ਕਰਦਾ ਸੀ, ਉਹਦਾ ਸਿਰ ਪੜਨ ਤੱਕ ਜਾਈਦਾ। ਓਏ ਹੌਲੀ, ਆਵਾਜ਼ਾਂ ਆਉਂਦੀਆਂ ਨੇ, ਸਾਲਿਓ ਤੁਹਾਡੇ ਨੱਕ ਥੱਲੇ ਦੀ ਐਡੀ ਸੁਰੰਗ ਪਾੜ ਕੇ ਆਓਗੇ ਆਓਗੇ, ਤੁਹਾਡੇ ਕੰਨ ਤੇ ਇੱਕ ਜੂੰ ਤੱਕ ਨਹੀਂ ਸਰਕੀ। ਜੇਲ੍ਹ 'ਚ ਸੁਰੰਗ ਪੱਟ ਲਈ ਤੇ ਹੋਰ ਤੇਰੇ ਘਰੇ ਪੱਟ ਕੇ ਕੀ ਕਰਨੀ ਸੀ? ਕਮਾਲ ਹੈ ਸਰ ਜੀ, ਆਪਾਂ ਨੂੰ ਪਤਾ ਹੀ ਨਹੀਂ ਚੱਲਿਆ। ਨਹੀਂ ਨਹੀਂ ਸਰ, ਮੈਨੂੰ ਮਾੜੀਆਂ ਮਾੜੀਆਂ ਆਵਾਜ਼ਾਂ ਆਉਂਦੀਆਂ ਹੁੰਦੀਆਂ ਸੀਗੀਆਂ, ਪਰ ਮੈਂ ਸੋਚਿਆ ਬਈ ਜਿਹੜਾ ਇਹ ਅੱਜ ਕੱਲ੍ਹ ਨਵਾਂ ਭੁਚਾਲ ਜਿਹਾ ਚੱਲਿਆ ਹੈ ਨਾ, ਉਹਦੀਆਂ ਆਵਾਜ਼ਾਂ ਹੋਣਗੀਆਂ। ਭੁਚਾਲ ਤਾਂ ਹੁਣ ਆਊ, ਉਹ ਵੀ ਆਪਣੇ ਸਾਰਿਆਂ ਦੀ ਜ਼ਿੰਦਗੀ 'ਚ 15 ਰਿਕਟਰ ਸਕੇਲ ਤੇ। ਸਰ ਜੀ, ਹੁਣ ਆਪਾਂ ਕਰਨਾ ਕੀ ਆ? ਆਪਾਂ ਕੀ ਕਰਨਾ ਤੁਲਸੀਦਾਸ, ਜੋ ਕਰਨਾ ਸੀ ਉਹ ਕਰ ਗਏ, ਹੁਣ ਤਾਂ ਤੁਸੀਂ ਵਰਦੀ ਲਾ ਕੇ ਘਰੇ ਬੈਠਣ ਦੀ ਤਿਆਰੀ ਕਰੋ। ਉਹ ਜੇ ਕੁਛ ਕਰਨਾ ਆਪਣੀ ਜ਼ੁਬਾਨ ਬੰਦ ਰੱਖੋ, ਕਿਸੇ ਨੂੰ ਕੰਨੋ ਕੰਨ ਖਬਰ ਨਾ ਹੋਵੇ ਕਿ ਉਹ ਭੱਜ ਗਏ। ਸਰ ਉਹਦਾ ਕੀ ਕਰਨਾ ਜਿਹੜਾ ਮੈਂ ਕੈਦੀਆਂ ਨੂੰ ਕਹਿ ਕੇ ਆਇਆ ਤਾੜੀਆਂ ਵਜਾਉਣ? ਤੈਨੂੰ ਤਾੜੀਆਂ ਦੀ ਪਈ ਆ, ਉਹਨਾਂ ਨੂੰ ਰੋਕੋ। ਸਰ ਉਹ ਨਹੀਂ ਰੁਕ ਸਕਦੇ, ਮੈਂ ਗਾਲ ਪਾ ਕੇ ਆਇਆ। ਤੈਨੂੰ ਤਾਂ ਮੈਂ ਪੁਲਿਸ ਦਾ ਡਰ ਪਾਉਣ ਨੂੰ ਕਿਹਾ ਸੀ। ਜੇ ਇੰਨਾ ਹੀ ਪੁਲਿਸ ਦਾ ਡਰ ਹੁੰਦਾ, ਇਹ ਦੋ ਕੈਦੀ ਕਿਉਂ ਭੱਜਦੇ? ਗਾਲ ਪਾਣੀ ਪਈ, ਗਾਲ ਭਰੇ ਕਰ। ਸਰ ਜੀ, ਹੁਣ ਤਾਂ ਜੇਲ੍ਹ ਦੇ ਸਾਰੇ ਕੈਦੀ ਪੁੱਛਣ ਲੱਗ ਪਏ ਕਿ ਜਰਨੈਲ ਤੇ ਤਰਸੇਮ ਨਹੀਂ ਦੇਖਦੇ, ਕਿੱਥੇ ਗਏ? ਤੁਲਸੀਦਾਸ, ਤੇਰੇ ਇਹੋ ਜਿਹੇ ਦੋਹੇ ਹਮੇਸ਼ਾ ਬਲਦੀ ਤੇ ਤੇਲ ਪਾਉਂਦੇ ਆ। ਖੈਰ ਛੱਡ, ਇਹ ਦੱਸ, ਪਤਾ ਲੱਗਾ ਕਿ ਪਤੰਦਰਾਂ ਨੇ ਜੇਲ੍ਹ ਦੇ ਵਿੱਚ ਸੁਰੰਗ ਪੁੱਟੀ ਕਿੱਥੋਂ ਆ? ਜੀ ਨਹੀਂ ਤਾਂ ਫਿਰ ਪਤਾ ਕਰੋ। ਜੀ ਜਨਾਬ। ਬਹਾਦਰ ਸਿੰਘ ਜੀ ਸਰ, ਆਪਾਂ ਜਾ ਕੇ ਕੈਦੀਆਂ ਨੂੰ ਸਮਝਾਉਂਦੇ ਹਾਂ ਕਿ ਅੱਜ ਤਰਸੇਮ ਤੇ ਜਰਨੈਲ ਦਾ ਜੇਲ੍ਹ 'ਚ ਅਖੀਰਲਾ ਦੇਣਾ, ਇਸ ਕਰਕੇ ਉਹ ਥੋੜ੍ਹਾ ਕਾਗਜ਼ੀ ਕਾਰਵਾਈ ਦੇ ਵਿੱਚ ਮਸਰੂਫ ਨੇ। ਠੀਕ ਹੈ ਸਰ। ਜੇ ਸਰ, ਵੈਸੇ ਤਾਂ ਤੁਹਾਡੇ ਜਿੱਡਾ ਸਾਡਾ ਦਿਮਾਗ ਹੈ ਨਹੀਂ, ਪਰ ਜੇ ਹੁਕਮ ਹੋਵੇ ਤਾਂ ਇੱਕ ਦਿਮਾਗੀ ਗੱਲ ਕਰਾਂ। ਬੋਲ। ਮਸਲਾ ਤਾਂ ਇਹੀ ਹੈ ਨਾ ਕਿ ਵਿਸਾਖੀ ਵਾਲੇ ਫੰਕਸ਼ਨ ਤੇ ਦੋਨੋਂ ਕੈਦੀ ਹਾਜ਼ਰ ਹੋਣੇ ਚਾਹੀਦੇ ਹੋ ਜਾਣਗੇ। ਉਹ ਕਿੱਦਾਂ? ਆਪਾਂ ਵਿਸਾਖੀ ਦੇ ਫੰਕਸ਼ਨ ਨੂੰ ਹੀ 2 ਦਿਨ ਅੱਗੇ ਕਰ ਦਿੰਦੇ।